ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਠੀਕ ਠਾਕ ਹੋ ਸਰ ਜਣੇ? ਆਪਾਂ ਵੀ ਵਧੀਆ ਵਾਂ। ਅੱਜ ਐਤਵਾਰ ਆ ਤੇ ਇੱਧਰ ਸੇਵਾ ਲੱਗੀ ਆ। ਫਿਰ ਤੂੰ ਸਤਿ ਸ਼੍ਰੀ ਅਕਾਲ ਬੁਲਾਓ, ਪਹਿਲੀ ਆਈ ਨਹੀਂ। ਤੇ ਗੱਲ ਇੱਦਾਂ ਆ ਕਿ ਮੈਂ ਇਹ ਸੋਚਣ ਡਿਆ ਸੀਗਾ ਕਿ ਜਿੱਦਾਂ ਹੁਣ ਚਲੋ ਕੱਲ੍ਹ ਨੂੰ ਕੰਮ ਵੀ ਆਪਾਂ ਇਕੱਠਿਆਂ ਕਰਨਾ ਵਾ, ਹੈ ਨਾ, ਕੱਪੜੇ ਤੇ ਚਲੋ ਰਲ ਮਿਲ ਕੇ ਅਸੀਂ ਧੋਵਾਂਗੇ, ਪਰ ਮੈਂ ਇਹ ਚੀਜ਼ ਸੋਚ ਰਿਹਾ ਵੀ ਤੁਸੀਂ ਥੋੜ੍ਹੀ ਬਹੁਤੀ ਪ੍ਰੈਕਟਿਸ ਕੀਤੀ ਆ ਵੀ ਮੈਂ ਕਿੱਦਾਂ ਵੀਡੀਓ 'ਚ ਕੰਮ ਕਰਨਾ। ਮੈਂ ਜਾਣਦਾ ਗੱਲ, ਮੈਂ ਡਾਇਰੈਕਟਰ ਨਹੀਂ। ਨਹੀਂ, ਥੋੜ੍ਹਾ ਬਹੁਤਾ ਡਾਇਲੋਗ ਬੋਲ ਕੇ ਵੇਖ ਲੈਂਦੇ ਹਾਂ ਨਾ, ਹੈ ਨਾ। ਅਤੇ ਤੁਹਾਨੂੰ ਹੁਣ ਮੈਂ ਡਾਇਲੋਗ ਦੇਵਾਂ ਇੱਕ, ਮੇਰੇ ਸਾਹਮਣੇ ਰਹਾ ਸਮਝ ਜਾਣਾ, ਤੇ ਉਦਾਂ ਵੀ ਮੈਂ ਬਣਾਇਆ ਕਰਨੀ ਵੀਡੀਓ, ਹੋਰ ਕਿਹਨੇ ਬਣਾਇਆ ਕਰਨੀ। ਚਲੋ ਫਿਰ ਡਾਇਲੋਗ ਬੋਲੋ ਇੱਕ। ਡਾਇਲੋਗ ਇਹ ਬੋਲਣਾ ਵਾ ਕੀ ਕਿ ਬਾਪੂ ਜੀ ਮੈਨੂੰ ਆਹ ਘਰੋਂ ਨਾ ਕੱਢੋ, ਜੇ ਤੁਸੀਂ ਮੈਨੂੰ ਘਰੋਂ ਕੱਢਦਾ ਕਿ ਮੈਂ ਕਿੱਥੇ ਜਾਊਂਗੀ, ਮੈਂ ਫਿਰ ਘਰ ਜਾਊਂਗੀ। ਚਲੋ ਥ੍ਰੀ, ਮੈਂ 3-2-1 ਕਰਦਾ ਨਾ, ਫਿਰ ਬੋਲ ਕੇ ਦੱਸਿਓ, ਠੀਕ ਹੈ? ਅਜੇ ਨਹੀਂ, ਉਦਾਂ ਕਿਤੇ ਕਹੀਏ ਨਾ ਵੀ ਡਾਇਲੋਗ ਇੱਕ ਦੋ ਬੋਲ ਕੇ ਵੇਖ ਲਓ, ਪ੍ਰੈਕਟਿਸ ਕਰ ਲਓ, ਕੱਲ੍ਹ ਨੂੰ ਫਿਰ ਕੰਮ ਕੁੰਮ ਕੀਤਾ ਤਾਂ ਕਿੱਦਾਂ ਕਰੋਗੇ? ਨਾ ਜੀ ਨਾ, ਮੈਨੂੰ ਆਉਂਦਾ ਸਾਰਾ, ਆਉਂਦਾ ਬੋਲ ਕੇ ਦੱਸੋ ਫਿਰ। ਸਾਰੀ ਆਡੀਅੰਸ ਨੂੰ ਪਤਾ ਵਾ ਕਿ ਜੋ ਆਪਣੂੰ ਆਉਂਦਾ ਵਾ। ਪਲੀਜ਼ ਇਹਨਾਂ ਨੂੰ ਵੀ ਮੈਂ ਸਟੋਰੀ ਲਿਖ ਲੈਂਦੀ, ਸਾਰੇ ਕੰਮ ਮੈਂ ਕਰ ਲਿਆ ਕਰ ਰਹੇ। ਬੋਲ ਕੇ ਦੱਸ ਲਓ ਡਾਇਲੋਗ ਫਿਰ ਇੱਕ, ਦੱਸੋ ਬੋਲ ਕੇ। ਮੈਂ ਖੱਬੀ ਆਣੀ ਵੇਖਿਆ ਫਿਰ ਸਾਰੇ ਕੰਮ ਇੱਦਾਂ ਬੋਲ ਕੇ ਦੱਸ, ਕੱਪੜੇ ਧੋ ਲੈਂਦੋ ਕਿ ਬਾਪੂ ਜੀ ਮੈਨੂੰ ਆਹ ਘਰੋਂ ਨਾ ਕੱਢੋ, ਜੇ ਤੁਸੀਂ ਮੈਨੂੰ ਘਰੋਂ ਕੱਢਤਾ ਤਾਂ ਫਿਰ ਮੈਂ ਕਿੱਥੇ ਜਾਊਂਗੀ? ਇੱਦਾਂ ਕਵਾਂ? ਪਾਣੀ ਛੱਡ ਲਾ, ਛੱਡ ਲਾ, ਇਹ ਇਦਾਂ ਹੀ ਝਾਕਾ ਲੱਗਦਾ। ਇਹ ਕਹਿਣਾ ਸੌਖਾ ਵਾ ਵੀ ਕੰਮ ਮੈਂ ਕਰ ਲੈਣਾ ਵਾ, ਪਰ ਕਰਨਾ ਔਖਾ ਵਾ ਯਾਰ। ਫਿਰ ਤੁਸੀਂ ਹਰ ਵਾਰੀ ਕੁਆਰੇ ਰਹਿ ਜਾਂਦੇ ਤੇ ਮੇਰੇ ਤੋਂ ਚੀਜ਼ ਮਤਲਬ ਜਿਹੜੀ ਨਹੀਂ ਜਾਂਦੀ। ਆਪਾਂ ਇੱਦਾਂ ਕਰਦੇ ਨਾ, ਆਪਾਂ ਹੋਰ ਕਿਸੇ ਨੂੰ ਲੈਣੇ, ਕਿਸੇ ਨੂੰ ਹੋਰ ਕੋਈ ਕਰੈਕਟਰ ਨਾਲ ਲੈਣੇ, ਮੇਰੀ ਵਾਈਫ ਦੇ ਤੌਰ ਤੇ ਲੈ ਲਈਏ ਪੱਕਾ। ਉਦੋਂ ਕੀ ਕਿਹਾ ਸੀਗਾ ਜੀ ਆਡੀਅੰਸ ਮੰਨਦੀ ਹੈ ਤੇ ਲੈ ਲਓ। ਬੋਲ ਕੇ ਦੱਸੋ ਡਾਇਲੋਗ ਫਿਰ। ਨਹੀਂ ਬੋਲਣਾ, ਬੋਲੋ ਫਿਰ। ਬੋਲੋ ਡਾਇਲੋਗ, ਹੱਥ ਜੋੜ ਕੇ ਕਹਿਣਾ ਵਾ ਵੀ ਬਾਪੂ ਜੀ ਵੇਖ ਲਓ ਮੈਨੂੰ ਇੱਕ ਘਰੋਂ ਨਾ ਕੱਢੋ, ਜੇ ਤੁਸੀਂ ਮੈਨੂੰ ਘਰੋਂ ਕੱਢਦਾ ਤਾਂ ਮੈਂ ਕਿੱਥੇ ਜਾਊਂਗੀ? ਹੱਥ ਜੋੜ ਕੇ ਕਹਿਣਾ ਮੈਂ ਬਾਪੂ ਹਾਂ, ਮੈਨੂੰ ਆ ਕੇ ਕਹੋ, ਇੱਥੇ ਆਣ ਕੇ ਕਹੋ। ਇੱਦਾਂ ਨਹੀਂ ਨਾ ਹੋਣਾ, ਨੋਰਮਲ ਆਓ ਜਿੱਦਾਂ ਨੋਰਮਲ ਹੋ ਗਿਆ। ਚੱਪਲ ਮੇਰੀ ਪਾਈ ਆ ਪੈਰੀ, ਮੇਰੇ ਸ਼ੂਜ਼ ਧੋ ਦਿਓ। ਆਹੋ ਬੋਲੋ ਡਾਇਲੋਗ, ਮੈਂ ਤੇ ਦੱਸ ਵਲੋਗ ਬਣਾਉਣ ਦਾ ਮਤਲਬ ਇਹੋ ਹੀ, ਤੁਹਾਡਾ ਝਾਕਾ ਖੁੱਲ ਜਾਏਗਾ। ਇੱਦਾਂ ਆਉਣਾ ਵਾ ਬਾਪੂ ਨਾਲ ਲੜਨ ਆਉਣੇ। ਇਹ ਇੱਦਾਂ ਹੀ ਝਾਕਾ ਲੱਗਣਾ ਵਾ, ਇਹ ਇੱਦਾਂ ਹੀ ਹੋਣਾ ਵਾ। ਹੱਥ ਜੋੜ ਕੇ ਕਹਿਣਾ ਵਾ, ਹੱਥ ਕਿੱਦਾਂ ਜੋੜੋਗੇ ਦੱਸੋ? ਬਾਪੂ ਜੀ ਮੈਨੂੰ ਇਹ ਘਰੋਂ ਨਾ ਕੱਢਿਓ, ਮੈਂ ਕਿੱਥੇ ਜਾਊਂਗੀ? ਬਸ ਦੋ ਹੀ ਗੱਲਾਂ ਕਹਿਣੀਆਂ, ਬਾਪੂ ਜੀ ਮੈਨੂੰ ਘਰੋਂ ਨਾ ਕੱਢਿਓ, ਮੈਂ ਕਿੱਥੇ ਜਾਊਂਗੀ? ਚੱਲ ਅੱਖਾਂ ਗੱਲ ਹੀ ਬੰਦ ਕਰ ਲਓ। ਆਜਾ ਲੈ ਸੁਣ ਲਓ ਗੱਲ, ਇਹ ਤੁਸੀਂ ਹੱਸਦੇ ਉੱਥੇ ਕਿੰਨੇ ਹੱਸਦੇ? ਇਹ ਸਰਦਾਰ ਜੀ ਇੱਦਾਂ ਨਹੀਂ ਕੰਮ ਹੋਣਾ, ਇਹ ਪ੍ਰੈਕਟਿਸ ਮੇਕਸ ਮੈਨ ਪਰਫੈਕਟ। ਲੈ ਅੱਖਾਂ ਬੰਦ ਕਰ ਲਈ, ਚੱਲ ਬੋਲ ਡਾਇਲੋਗ ਫਿਰ, ਫਿਰ ਤੋਂ ਬੋਲੋ। ਮੈਂ ਬੋਲੂਗੀ ਬਾਪੂ ਜੀ ਮੈਨੂੰ ਘਰੋਂ ਨਾ ਕੱਢੋ, ਜੇ ਤੁਸੀਂ ਮੈਨੂੰ ਘਰੋਂ ਕੱਢਤਾ ਤਾਂ ਮੈਂ ਕਿੱਥੇ ਜਾਊਂਗੀ? ਹੱਸਦੇ ਨਹੀਂ ਨਾ ਬੋਲਣਾ, ਹੱਸਿਆ ਥੋੜ੍ਹੀ ਹੋਊ, ਹੱਸਣ ਡੇ ਹੀ ਗਏ ਤਾਂ ਫਿਰ ਬੋਲ। ਇੱਦਾਂ ਆਹ ਕੈਮਰੇ 'ਚ ਬੋਲੋ, ਇੱਦਾਂ ਆ ਕੇ ਬੋਲੋ। ਅਨਮੋਲ ਵਧੀਆ ਡਾਇਲੋਗ ਬੋਲ ਲੈਂਦਾ। ਅਨਮੋਲ
ਉਰੇ ਆਈ ਪੁੱਤ ਭੱਜ ਗਏ ਭੱਜ ਗਿਆ ਭੱਜ ਗਏ ਉਰਿਆ ਭੱਜ ਗਏ ਇੱਕ ਡਾਇਲੋਗ ਬੋਲਣਾ ਉਰਿਆ ਤੂੰ ਇਹ ਗੱਲ ਕਹਿਣੀ ਹੈ ਮੈਨੂੰ ਆ ਕੇ ਬਾਪੂ ਜੀ ਮੈਨੂੰ ਆਹ ਘਰੋਂ ਨਾ ਕੱਢਿਓ ਜੇ ਤੁਸੀਂ ਮੈਨੂੰ ਘਰੋਂ ਕੱਢਦਾ ਤਾਂ ਮੈਂ ਕਿੱਥੇ ਜਾਊਂਗਾ ਚੱਲ ਆ ਜਾ 3 2 1 ਆਹੋ ਇਮੋਸ਼ਨਲ ਹੋ ਗਏ ਹੱਸਣਾ ਨਹੀਂ ਬਿਲਕੁਲ ਵੀ ਬਾਪੂ ਜੀ ਤੁਸੀਂ ਮੈਨੂੰ ਘਰੋਂ ਬਾਹਰ ਨਾ ਕੱਢੋ ਜੇ ਤੁਸੀਂ ਮੈਨੂੰ ਘਰੋਂ ਬਾਹਰ ਕੱਢਤਾ ਫਿਰ ਮੈਂ ਕਿੱਥੇ ਜਾਊਂਗਾ ਸ਼ਾਬਾਸ਼ 10 ਨੰਬਰ ਚੱਲ ਭੱਜਾ ਹੁਣ ਕੀ ਕਹਿੰਦੇ ਆ ਕਰ ਲੈ ਛੇਤੀ ਛੇਤੀ ਮੁੜ ਕੇ ਗੁਰਦੁਆਰਾ ਸਾਹਿਬ ਜਾਣਾ ਭਾਜੀ ਆ ਬਣਾਉਣਾ ਬਣਾਉਣਾ ਛੇਤੀ ਚਲੋ ਹੁਣ ਤੁਹਾਡੀ ਵਾਰੀ ਚਾਦਰਾਂ ਬਹੁਤ ਫੈਲਣ ਜਿਹੜਾ ਕੰਮ ਕਰਦੇ ਤੇ ਪਾਉਣੀਆਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਠੀਕ ਠਾਕ ਹੋ ਸਰ ਜਣੇ ਆਪਾਂ ਵੀ ਵਧੀਆ ਵਾਂ ਅੱਜ ਐਤਵਾਰ ਆ ਤੇ ਇੱਧਰ ਸੇਵਾ ਲੱਗੀ ਆ ਕੱਲ ਜੀ ਸਾਰਿਆਂ ਫਿਰ ਤਾਂ ਸਤਿ ਸ਼੍ਰੀ ਅਕਾਲ ਬੁਲਾਓ ਪਹਿਲੀ ਆਈ ਨਹੀਂ ਤੇ ਗੱਲ ਇੱਦਾਂ ਆ ਕਿ ਮੈਂ ਇਹ ਸੋਚਣ ਡਿਆ ਸੀਗਾ ਕਿ ਜਿੱਦਾਂ ਹੁਣ ਚਲੋ ਕੱਲ੍ਹ ਨੂੰ ਕੰਮ ਵੀ ਆਪਾਂ ਇਕੱਠਿਆਂ ਕਰਨਾ ਵਾ ਹਨਾ ਕੱਪੜੇ ਤਾਂ ਚਲੋ ਰਲ ਮਿਲ ਕੇ ਅਸੀਂ ਧੋਵਾਂਗੇ ਪਰ ਮੈਂ ਇਹ ਚੀਜ਼ ਸੋਚਣ ਡਿਆ ਵੀ ਤੁਸੀਂ ਥੋੜ੍ਹੀ ਬਹੁਤੀ ਪ੍ਰੈਕਟਿਸ ਕੀਤੀ ਆ ਵੀ ਮੈਂ ਕਿੱਦਾਂ ਵੀਡੀਓ 'ਚ ਕੰਮ ਕਰਨਾ ਨਹੀਂ ਥੋੜ੍ਹਾ ਬਹੁਤਾ ਡਾਇਲੋਗ ਬੋਲ ਕੇ ਵੇਖ ਲੈਂਦੇ ਹਾਂ ਨਾ ਹੈ ਨਾ ਅਤੇ ਤੁਹਾਨੂੰ ਹੁਣ ਮੈਂ ਡਾਇਲੋਗ ਦੇਵਾਂ ਇੱਕ ਮੇਰੇ ਸਾਹਮਣੇ ਹੱਸਾ ਨਿਕਲ ਜਾਣਾ ਤੇ ਉਦਾਂ ਵੀ ਮੈਂ ਬਣਾਇਆ ਕਰਨੀ ਵੀਡੀਓ ਸੁਭਾ ਕੇ ਨਹੀਂ ਬਣਾਇਆ ਕਰਨੀ ਨਹੀਂ ਇਹਦਾ ਚਲੋ ਫਿਰ ਡਾਇਲੋਗ ਬੋਲੋ ਡਾਇਲੋਗ ਇਹ ਬੋਲਣਾ ਵਾ ਕੀ ਕਰ ਕਿ ਬਾਪੂ ਜੀ ਮੈਨੂੰ ਆਹ ਘਰੋਂ ਨਾ ਕੱਢੋ ਜੇ ਤੁਸੀਂ ਮੈਨੂੰ ਘਰੋਂ ਕੱਢ ਦਾਂਗੇ ਤਾਂ ਮੈਂ ਕਿੱਥੇ ਜਾਊਂਗੀ ਮੈਂ ਫਿਰ ਘਰ ਜਾਊਂਗੀ ਚਲੋ 3 ਮੈਂ 3 2 1 ਕਰਦਾ ਨਾ ਫਿਰ ਬੋਲ ਕੇ ਦੱਸਿਓ ਠੀਕ ਹੈ ਅਜੇ ਨਹੀਂ ਉਦਾਂ ਉਦਾਂ ਕਿਤੇ ਕਹੀਏ ਨਾ ਵੀ ਡਾਇਲੋਗ 1-2 ਬੋਲ ਕੇ ਵੇਖ ਲਓ ਪ੍ਰੈਕਟਿਸ ਕਰ ਲਓ ਕੱਲ੍ਹ ਨੂੰ ਫਿਰ ਕੰਮ ਕੁੰਮ ਕੀਤਾ ਤਾਂ ਕਿੱਦਾਂ ਕਰੋਗੇ ਨਾ ਜੀ ਨਾ ਮੈਨੂੰ ਆਉਂਦਾ ਵਾ ਸਾਰਾ ਆਉਂਦਾ ਵਾ ਆਉਂਦਾ ਯਾਰ ਮੈਨੂੰ ਮੈਂ ਕਿਹਾ ਹੋਣਾ ਬੋਲ ਕੇ ਦੱਸੋ ਫਿਰ ਸਾਰੀ ਆਡੀਅੰਸ ਨੂੰ ਪਤਾ ਵਾ ਕਿ ਜੋ ਤੁਹਾਨੂੰ ਆਉਂਦਾ ਵਾ ਪਲੀਜ਼ ਇਹਨਾਂ ਨੂੰ ਮੈਂ ਹਰ ਸਟੋਰੀ ਲਿਖ ਲੈਣੀ ਸਾਰੇ ਕੰਮ ਮੈਂ ਕਰ ਲਿਆ ਕਰ ਰਹੇ ਬੋਲ ਕੇ ਦੱਸ ਲਓ ਡਾਇਲੋਗ ਫਿਰ ਇੱਕ ਦੱਸੋ ਬੋਲ ਕੇ ਮੈਂ ਖੱਬੀ ਆਣੀ ਵੇਖਿਆ ਫੇ ਸਾਰੇ ਗੰਗਾ ਇਦਾਂ ਇਦਾਂ ਬੋਲ ਕੇ ਦੱਸ ਕੱਪੜੇ ਧੋ ਲੰਦੋ ਕਿ ਬਾਪੂ ਜੀ ਮੈਨੂੰ ਆ ਘਰੋਂ ਨਾ ਕੱਢੋ ਜੇ ਤੁਸੀਂ ਮੈਨੂੰ ਘਰੋਂ ਕੱਢਤਾ ਤਾਂ ਫਿਰ ਮੈਂ ਕਿੱਥੇ ਜਾਊਂਗੀ ਇਦਾਂ ਗਾ ਹਾਂ ਪਾਣੀ ਛੱਡ ਲਾ ਇਹ ਇਦਾਂ ਹੀ ਝਾਕਾ ਲੱਗਦਾ ਇਹ ਕਹਿਣਾ ਸੌਖਾ ਵਾ ਵੀ ਕੰਮ ਮੈਂ ਕਰ ਲੈਣਾ ਵਾ ਪਰ ਕਰਨਾ ਔਖਾ ਵਾ ਯਾਰ ਫਿਰ ਤੁਸੀਂ ਹਰ ਵਾਰੀ ਕੁਆਰੇ ਰਹਿ ਜਾਂਦੇ ਤੇ ਮੈਂ ਤੋਂ ਜੀ ਮਤਲਬ ਜਰੀ ਨਹੀਂ ਜਾਂਦੀ ਆਪਾਂ ਇਦਾਂ ਕਰਦੇ ਨਾ ਆਪਾਂ ਹੋਰ ਕਿਸੇ ਨੂੰ ਲੈਣੇ ਕਿਸੇ ਨੂੰ ਹੋਰ ਕੋਈ ਕਰੈਕਟਰ ਲੈ ਲੈਣੇ ਮੇਰੀ ਵਾਈਫ ਦੇ ਤੌਰ ਤੇ ਲੈ ਲਈਏ ਪੱਕਾ ਉਦੋਂ ਕੀ ਕਿਹਾ ਸੀਗਾ ਜੀ ਆਡੀਅੰਸ ਮੰਨਦੀ ਹੈ ਤੇ ਲੈ ਲਓ ਬੋਲ ਕੇ ਦੱਸੋ ਡਾਇਲੋਗ ਫਿਰ ਨਹੀਂ ਬੋਲਣਾ ਬੋਲੋ ਫਿਰ ਬੋਲੋ ਡਾਇਲੋਗ ਹੱਥ ਜੋੜ ਕੇ ਕਹਿਣਾ ਵਾ ਵੀ ਬਾਪੂ ਜੀ ਵੇਖ ਲਓ ਮੈਨੂੰ ਇੱਕ ਘਰੋਂ ਨਾ ਕੱਢੋ ਜੇ ਤੁਸੀਂ ਮੈਨੂੰ ਘਰੋਂ ਕੱਢਦਾ ਤਾਂ ਮੈਂ ਕਿੱਥੇ ਜਾਊਂਗੀ ਹੱਥ ਜੋੜ ਕੇ ਕਹਿਣਾ ਮੈਂ ਬਾਪੂ ਹਾਂ ਮੈਨੂੰ ਆ ਕੇ ਕਹੋ ਇੱਥੇ ਆਣ ਕੇ ਕਹੋ ਇੱਦਾਂ ਨਹੀਂ ਨਾ ਹੁਣ ਨੋਰਮਲ ਆਓ ਜਿੱਦਾਂ ਨੋਰਮਲ ਹੋ ਗਿਆ ਚੱਪਲ ਮੇਰੀ ਪਾਈ ਆ ਪੈਰੀ ਮੇਰੇ ਸ਼ੂਜ਼ ਧੋ ਦਿਓ ਆਹੋ ਬੋਲੋ ਡਾਇਲੋਗ ਮੈਂ ਤੇ ਦੱਸ ਵਲੌਗ ਬਣਾਉਣ ਦਾ ਮਤਲਬ ਇਹੋ ਹੀ ਤੁਹਾਡਾ ਝਾਕਾ ਖੁੱਲ ਜਾਏਗਾ ਇੱਦਾਂ ਆਉਣਾ ਵਾ ਬਾਪੂ ਨਾਲ ਲੜਨਾ ਉਹਨੇ ਇਹ ਇੱਦਾਂ ਹੀ ਝਾਕਾ ਲੱਗਣਾ ਵਾ ਇਹ ਇੱਦਾਂ ਹੀ ਹੋਣਾ ਵਾ ਹੱਥ ਜੋੜ ਕੇ ਕਹਿਣਾ ਵਾ ਹੱਥ ਕਿੱਦਾਂ ਜੋੜੋਗੇ ਦੱਸੋ ਬਾਪੂ ਜੀ ਮੈਨੂੰ ਇਹ ਘਰੋਂ ਨਾ ਕੱਢਿਓ ਮੈਂ ਕਿੱਥੇ ਜਾਊਂਗੀ ਬਸ 2 ਹੀ ਗੱਲਾਂ ਕਹਿਣੀਆਂ ਬਾਪੂ ਜੀ ਮੈਨੂੰ ਘਰੋਂ ਨਾ ਕੱਢਿਓ ਮੈਂ ਕਿੱਥੇ ਜਾਊਂਗੀ ਚੱਲ ਆ ਅੱਖਾਂ ਕੱਲ ਹੀ ਬੰਦ ਕਰ ਲਓ ਆ ਜਾ ਲੈ
ਸੁਣ ਲਓ ਗੱਲ ਇਹ ਤੁਸੀਂ ਹੱਸਦੇ ਉੱਥੇ ਕਿੰਨੇ ਹੱਸਦੇ ਵੇਖਿਆ ਇਹ ਸਰਦਾਰ ਜੀ ਇਦਾਂ ਨਹੀਂ ਕੰਮ ਹੋਣਾ ਇਹ ਪ੍ਰੈਕਟਿਸ ਮੇਕਸ ਮੈਨ ਪਰਫੈਕਟ ਅੱਖਾਂ ਬੰਦ ਬਸ ਤੇ ਅੱਖਾਂ ਬੰਦ ਆਲੇ ਅੱਖਾਂ ਬੰਦ ਕਰ ਲੈ ਚਲ ਬੋਲ ਡਾਇਲੌਗ ਫਿਰ ਤੋਂ ਬੋਲੋ ਮੈਂ ਬੋਲੂਗੀ ਬਾਪੂ ਜੀ ਮੈਨੂੰ ਘਰੋਂ ਨਾ ਕੱਢੋ ਜੇ ਤੁਸੀਂ ਮੈਨੂੰ ਘਰੋਂ ਕੱਢਦੇ ਤਾਂ ਮੈਂ ਕਿੱਥੇ ਜਾਊਂਗੀ ਹੱਸਦੇ ਨਹੀਂ ਨਾ ਬੋਲਣਾ ਹੱਸਿਆ ਥੋੜੀ ਹੋ ਹੱਸਣ ਦੇ ਹੀ ਗਏ ਫਿਰ ਬੋਲ ਇਦਾਂ ਆ ਕੈਮਰੇ 'ਚ ਬੋਲੋ ਇੱਧਰ ਆ ਕੇ ਬੋਲੋ ਤੀ ਜਾਣ ਗਏ ਸੰਦੇ ਤੀ ਕੈਮਰਾ ਪਰੇ ਕਿ ਨਾ ਦੋ ਤਿੰਨ ਵਾਰ ਮੈਂ ਇਦਾਂ ਬੋਲਾਂ ਤਾਂ ਫਿਰ ਮੈਂ ਕੈਮਰਾ ਅਨਮੋਲ ਵਧੀਆ ਡਾਇਲੌਗ ਬੋਲ ਲੈਂਦਾ ਪਤਾ ਵਾ ਮੈਨੂੰ ਯਾਰ ਉਹ ਕੈਮਰੇ ਕੀ ਪ੍ਰੈਕਟਿਸ ਕਰਨਾ ਮੈਂ ਤੇ ਮੈਂ ਬੋਲੂੰਗੀ ਅੰਦਰ ਜਾ ਅਨਮੋਲ ਉਰੇ ਆਈ ਪੁੱਤ ਭੱਜ ਗਏ ਭੱਜ ਗਏ ਉਰੇ ਆ ਭੱਜ ਗਏ ਇੱਕ ਡਾਇਲੌਗ ਬੋਲਣਾ ਉਰੇ ਆ ਤੂੰ ਇਹ ਗੱਲ ਕਹਿਣੀ ਹੈ ਮੈਨੂੰ ਆ ਕੇ ਬਾਪੂ ਜੀ ਮੈਨੂੰ ਆ ਘਰੋਂ ਨਾ ਕੱਢਿਓ ਜੇ ਤੁਸੀਂ ਮੈਨੂੰ ਘਰੋਂ ਕੱਢਦਾ ਤਾਂ ਮੈਂ ਕਿੱਥੇ ਜਾਊਂਗਾ ਚੱਲ ਆ ਜਾ 3 2 1 ਆਹੋ ਇਮੋਸ਼ਨਲ ਹੋ ਗਏ ਹੱਸਣਾ ਨਹੀਂ ਬਿਲਕੁਲ ਵੀ ਬਾਪੂ ਜੀ ਤੁਸੀਂ ਮੈਨੂੰ ਘਰੋਂ ਬਾਹਰ ਨਾ ਕੱਢੋ ਜੇ ਤੁਸੀਂ ਮੈਨੂੰ ਘਰੋਂ ਬਾਹਰ ਕੱਢਤਾ ਫਿਰ ਮੈਂ ਕਿੱਥੇ ਜਾਊਂਗਾ ਸ਼ਾਬਾਸ਼ 10 ਨੰਬਰ ਚੱਲ ਭੱਜ ਜਾ ਹੁਣ ਕੀ ਕਹਿੰਦੇ ਆ ਕਰ ਲੈ ਛੇਤੀ ਇੱਥੇ ਮੁੜ ਕੇ ਗੋਦਾ ਸਾਹਿਬ ਜਾਣਾ ਧਾਰੀ ਆ ਬਣਾ ਲੈ ਛੇਤੀ ਚਲੋ ਹੁਣ ਤੁਹਾਡੀ ਵਾਰੀ